संदीप आया जी, ओ साडा घर आ गया। छोटे मुंडे दी लाह मिर्ज होई सी जी, ते ओदे कारण जी ओ घर आ गया। 4-5 साल हो गए लाह मिर्ज होई नू, ते ओदे दे तां आए नहीं गए। ते कल जी घरे कोई नहीं सी, मैं सी कली। ते ओने जदो रूल चक के ते ट्रैक्टर ते रख के ते घर ढोण लग गया, ते मैं जी डर गई। मैं आखे मैनू किते गल ना पै जाए, मैं भज के पासे हो गई। ते मगर ओ ढाई गया, मैं पासे हो गई। हुण तो जी इहनां दा पिछला कोई 13-14 ਕੁੜੀ ਚੋਂ ਮੁੰਡਾ ਸਕੂਲ 'ਚ ਪੜ੍ਹਦੇ ਸੀ, ਕਾਲਜ 'ਚ। ਉਦੋਂ ਦਾ ਕੋਈ ਇਹਨਾਂ ਦਾ ਕੋਈ ਝਗੜਾ ਸੀਗਾ ਕੁੜੀ ਦਾ, ਅਤੇ ਮੁੰਡੇ ਦੀ ਲਾਹ ਮਰਜ ਹੋ ਗਈ 16 'ਚ। ਉਹਦੇ ਵਿੱਚ ਇਹਨਾਂ ਨੇ ਪਹਿਲਾਂ ਤਾਂ ਕੁਛ ਕੀਤਾ ਨਹੀਂ, ਅਤੇ ਹੁਣ ਕੱਲ੍ਹ ਆ ਕੇ ਇਹਨਾਂ ਨੇ ਇਹ ਘਰ ਕੱਪਟ ਆ ਗਏ। ਨਿਸ਼ਾਨ ਜੀ ਨਾਕਾ ਵੀ ਪੱਟ ਗਿਆ, ਮੋਟਰ ਵੀ ਪੱਟ ਗਿਆ, ਰਸੋਈ ਵੀ ਢਾ ਗਿਆ, ਮੋਟਰਸਾਈਕਲ ਢਾ ਗਿਆ, ਭੰਨ ਗਿਆ ਸਾਰਾ ਕੁਛ, ਗੇਟ ਭੰਨ ਗਿਆ, ਸਾਰਾ ਕੁਛ ਭੰਨ ਹੀ ਗਿਆ ਜੀ। ਸੰਦੀਪ ਨਾਮ ਦਾ ਮੁੰਡਾ ਜੀ, ਜ਼ਿਮੀਂਦਾਰਾਂ ਦਾ, ਸਾਡੇ ਘਰੇ ਆਇਆ ਜੀ, ਗਾਲਾਂ ਕੱਢੀਆਂ ਜੀ ਸਾਡੇ ਬਾਰ 'ਚ ਆ ਕੇ। ਫਿਰ ਉਸਨੇ ਟਰੈਕਟਰ ਨਾਲ ਜੀ ਸਾਡਾ ਸਾਰਾ ਘਰ ਢਾਤਾ ਜੀ, ਟਰੈਕਟਰ ਮਾਰ ਮਾਰ ਕੇ ਕੰਧਾਂ ਵੀ ਢਾਤੀਆਂ ਜੀ, ਨਲਕਾ ਵੀ ਪੱਟ ਕੇ ਵਿਹੜੇ 'ਚ ਸੁੱਟਤਾ ਜੀ। ਉਹ ਮੁੰਡਾ ਸੰਦੀਪ ਨਾਂ ਦਾ ਹੈਗਾ, ਉਹ ਦਾਦੇ ਟਰੈਕਟਰ ਵਾੜ ਕੇ ਹੋ ਸਕਦਾ ਜਵਾਕਾਂ 'ਚ ਵੀ ਚੜ੍ਹਾ ਦਿੰਦਾ, ਸਾਰਾ ਉਹਨੇ ਨੁਕਸਾਨ ਕਰਤਾ। ਮੋਟਰਸਾਈਕਲ ਭੰਨ, ਰਸੋਈ ਭੰਨ, ਕੰਧਾਂ ਕੋਲੇ ਤਾਰ, ਨਲਕਾ ਭੰਨ, ਗੇਟ ਤਾਰ, ਲਾਈਟ ਵੀ ਢਾ ਗਿਆ, ਬਾਥਰੂਮ ਵੀ ਢਾ ਗਿਆ ਜੀ, ਸਾਰੀਆਂ ਕੰਧਾਂ ਢਾ ਗਿਆ, ਹੁਣ ਤਾਂ ਸ਼ਿਕਾਇਤ ਹੋਇਆ ਪਿਆ ਜੀ। ਬਲਜੀਤ ਕੌਰ ਆ ਜੀ। ਤੇ ਕੀ ਗੱਲ ਬਣੀ ਜੀ? ਸੰਦੀਪ ਆਇਆ ਜੀ, ਉਹ ਸਾਡਾ ਘਰ ਢਾ ਗਿਆ। ਤੇ ਛੋਟੇ ਮੁੰਡੇ ਦੀ ਲਾਹ ਮਿਰਜ ਹੋਈ ਸੀ ਜੀ, ਤੇ ਉਹਦੇ ਕਾਰਨ ਜੀ ਉਹ ਘਰ ਢਾ ਗਿਆ। 4-5 ਸਾਲ ਹੋ ਗਏ ਲਾਹ ਮਿਰਜ ਹੋਈ ਨੂੰ, ਤੇ ਉਦੇ ਦੇ ਤਾਂ ਆਏ ਨਹੀਂ ਗਏ। ਤੇ ਕੱਲ ਜੀ ਘਰੇ ਕੋਈ ਨਹੀਂ ਸੀ, ਮੈਂ ਸੀ ਕੱਲੀ। ਤੇ ਉਹਨੇ ਜਦੋਂ ਰੂਲ ਚੱਕ ਕੇ ਤੇ ਟਰੈਕਟਰ ਤੇ ਰੱਖ ਕੇ ਤੇ ਘਰ ਢੋਣ ਲੱਗ ਗਿਆ, ਤੇ ਮੈਂ ਜੀ ਡਰ ਗਈ। ਮੈਂ ਆਖਿਆ ਮੈਨੂੰ ਕਿਤੇ ਗਲ ਨਾ ਪੈ ਜਾਏ, ਮੈਂ ਭੱਜ ਕੇ ਪਾਸੇ ਹੋ ਗਈ। ਤੇ ਮਗਰ ਉਹ ਢਾਈ ਗਿਆ, ਮੈਂ ਪਾਸੇ ਹੋ ਗਈ। ਕਿੰਨਾ ਕੁ ਨੁਕਸਾਨ ਹੋ ਗਿਆ? ਮਤਲਬ ਨਿਸ਼ਾਨ ਜੀ ਨਾਕਾ ਵੀ ਪੱਟ ਗਿਆ, ਮੋਟਰ ਵੀ ਪੱਟ ਗਿਆ, ਰਸੋਈ ਵੀ ਢਾ ਗਿਆ, ਮੋਟਰਸਾਈਕਲ ਢਾ ਗਿਆ, ਭੰਨ ਗਿਆ ਸਾਰਾ ਕੁਛ, ਗੇਟ ਭੰਨ ਗਿਆ, ਸਾਰਾ ਕੁਛ ਭੰਨ ਹੀ ਗਿਆ ਜੀ। ਲਾਈਟ ਵੀ ਢਾ ਗਿਆ, ਬਾਥਰੂਮ ਵੀ ਢਾ ਗਿਆ ਜੀ, ਸਾਰੀਆਂ ਕੰਧਾਂ ਢਾ ਗਿਆ, ਹੁਣ ਤਾਂ ਸ਼ਿਕਾਇਤ ਹੋਇਆ ਪਿਆ ਜੀ। ਤੇ ਪੁਲਿਸ ਨੂੰ ਕੋਈ ਦਰਖਾਸਤ ਦਿੱਤੀ? ਮਤਲਬ ਹਾਂ ਜੀ ਦਿੱਤੀ ਹੈ, ਤੇ ਸਾਡੀ ਗੱਲ ਨਹੀਂ ਸੁਣੀ ਕਿਸੇ ਨੇ ਵੀ। ਕੀ ਮੰਗ ਹੈ? ਮੰਗ ਜੀ ਸਾਡਾ ਕੋਈ ਫੈਸਲਾ ਹੋਣਾ ਚਾਹੀਦਾ ਸਾਨੂੰ, ਜਿਹੜਾ ਇੰਨਾ ਨਿਸ਼ਕਾਨ ਹੋਇਆ, ਸਾਨੂੰ ਕੋਈ ਤਜਰਬਾ ਵਿਖਾਓ, ਸਾਡੀ ਕੋਈ ਮਦਦ ਕਰੋ, ਸਾਨੂੰ ਪਤਾ ਲੱਗ ਜੇ ਵੀ ਸਾਡਾ ਨਿਸ਼ਕਾਨ ਕੀਤਾ, ਸਾਡੇ ਮਦਈ ਕੋਈ ਆਇਆ, ਸਾਡਾ ਮਦਦ ਕਰ ਗਏ। ਬਾਬਾ ਜੀ ਕੀ ਨਾਮ ਹੈ ਜੀ? ਬਸੰਤ ਸਿੰਘ ਹੈ ਜੀ। ਤੇ ਕੀ ਗੱਲ ਹੋਈ ਜੀ? ਜੀ ਮੈਂ ਤਾਂ ਕੰਮ 'ਤੇ ਗਿਆ ਸੀ, ਕੰਮ 'ਤੇ ਗਿਆ ਸੀ, ਜਦੋਂ ਮੈਂ ਆਇਆ ਪੁੱਛਿਆ, ਉਹ ਮੁੰਡਾ ਸੰਦੀਪ ਨਾਂ ਦਾ ਹੈਗਾ, ਉਹ ਦਾਦੇ ਟਰੈਕਟਰ ਵਾੜ ਕੇ ਅਤੇ ਘਰੇ ਬੱਚੇ ਵੀ ਬਾਬਾ ਸਕੂਲ ਗਏ ਸੀ, ਜਿਹੜੀ ਗੱਲੋਂ ਬੱਚਤ ਹੋ ਗਈ, ਹੋ ਸਕਦਾ ਜਵਾਕਾਂ 'ਚ ਵੀ ਚੜ੍ਹਾ ਦਿੰਦਾ, ਸਾਰਾ ਉਹਨੇ ਨੁਕਸਾਨ ਕਰਤਾ। ਮੋਟਰਸਾਈਕਲ ਭੰਨ, ਰਸੋਈ ਭੰਨ, ਕੰਧਾਂ ਕੋਲੇ ਤਾਰ, ਨਲਕਾ ਭੰਨ, ਗੇਟ ਤਾਰ। ਅਸੀਂ ਇੱਥੇ ਆਂਢ ਗੁਆਂਢ ਵਿਚਾਰੇ ਖੜ੍ਹੇ ਸੀ, ਜਦੋਂ ਅਸੀਂ ਕੋਲੇ ਹੀ ਕਹੀ ਨਹੀਂ ਸੀ, ਤਾਂ ਫਿਰ ਆਂਢ ਗੁਆਂਢ ਨੂੰ ਕੀ ਆਉਂਦਾ? ਮੁੜ ਕੇ ਉਹ ਆਪਦਾ ਉੱਠ ਗਿਆ, ਗਾਲਾਂ ਕਰਦਾ ਕਰਦਾ, ਬਹੁਤ ਚੂੜੇ ਪਚੂੜੇ ਕਿਹਾ। ਪਰ ਹੁਣ ਜਦੋਂ ਅਸੀਂ ਉਹਨੂੰ ਪਿਛਲੇ ਸਾਲ ਦਾ ਕਿੰਨੇ 5-6 ਸਾਲਾਂ ਦਾ ਕੰਮ ਚੱਲੀ ਜਾਂਦਾ, ਤੇ ਵੀ ਇਹਨਾਂ ਜਵਾਕਾਂ ਤੋਂ ਕੀ ਪਾਲਦਾ? ਬਾਬਾ ਜੀ ਕਾਰਨ ਕੀ ਮੰਨਦੇ ਹੋ, ਕਾਰਨ ਕੀ ਸੀਗਾ? ਕਾਰਨ ਤਾਂ ਜੀ ਇਹਨਾਂ ਦਾ ਪਿਛਲਾ ਕੋਈ 13-14 ਕੁੜੀ 'ਚੋਂ ਮੁੰਡਾ ਸਕੂਲ 'ਚ ਪੜ੍ਹਦੇ ਸੀ, ਕਾਲਜ 'ਚ। ਉਦੋਂ ਦਾ ਕੋਈ ਇਹਨਾਂ ਦਾ ਕੋਈ ਝਗੜਾ ਸੀਗਾ ਕੁੜੀ ਦਾ, ਅਤੇ ਮੁੰਡੇ ਦੀ ਲਾਹ ਮਰਜ ਹੋ ਗਈ 16 'ਚ। ਉਹਦੇ ਵਿੱਚ ਇਹਨਾਂ ਨੇ ਪਹਿਲਾਂ ਤਾਂ ਕੁਛ ਕੀਤਾ ਨਹੀਂ, ਅਤੇ ਹੁਣ ਕੱਲ੍ਹ ਆ ਕੇ ਇਹਨਾਂ ਨੇ ਇਹ ਘਰ ਕੱਪਟ ਆ ਗਈ। ਇਹਦੇ ਵਿੱਚ ਚਲੋ ਅਜੇ ਵੀ ਬੱਚਤ ਹੀ ਰੱਖੋ ਵੀ ਜਿਹੜਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਅਤੇ ਹੋਰ ਇਹਨਾਂ ਨੇ ਕਸਰ ਕੋਈ ਨਹੀਂ ਛੱਡੀ। ਅਤੇ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ? ਹੁਣ ਜੀ ਇਹ ਤਾਂ ਇਹੀ ਮੰਗ ਆ ਸਾਡੀ ਵੀ ਇੱਕ ਤਾਂ ਹੁਣ ਜਿਹੜਾ ਇਹਨਾਂ ਨੂੰ ਵਿਚਾਰੇ ਦੋ ਜਨਾਨੀਆਂ, ਜਿਹੜਾ ਵੱਡਾ ਮੁੰਡਾ ਸੀ ਉਹ ਵੀ ਘਰੋਂ ਨਿਕਲ ਗਿਆ, ਅਤੇ ਉਹ ਤਾਂ ਬਾਹਰ ਨਿਕਲਿਆ ਹੀ ਨਿਕਲਿਆ, ਅਤੇ ਦੋ ਜਨਾਨੀਆਂ ਰਹਿੰਦੀਆਂ, ਨਿੱਕੇ ਨਿੱਕੇ ਬੱਚੇ ਆ, ਇਹਨਾਂ ਨੂੰ ਨਾ ਤਕਲੀਫ ਪਾਉਂਦੀ। ਅਤੇ ਜਿਹੜਾ ਨੁਕਸਾਨ ਹੋਇਆ ਇਹ ਹੁਣ ਸਾਰਿਆਂ ਦੀ ਸਹਿਮਤੀ ਨਾਲ ਵੀ ਇਹਨਾਂ ਦਾ ਸਹੀ ਹੋਣਾ ਚਾਹੀਦਾ। ਹਾਂਜੀ ਕੀ ਨਾਮ ਹੈ ਜੀ? ਮੇਰਾ ਨਾਮ ਕੁਲਵਿੰਦਰ ਕੌਰ ਆ ਜੀ, ਮੈਂ ਕੌਣੀ ਦੇ ਰਹਿਣ ਵਾਲੀ ਹਾਂ ਜੀ।
मेरी मम्मी जी मेरे घरे सीगी जी, मैं बच्चों स्कूल छड्डन गई हुई सी जो कि मैं घरे है नहीं सी जी जो साढ़े घर में हादसा होया जी। वो संदीप नाम का मुंडा जी जिमीदारा का साढ़े घर आया जी। उन्हें पहला तो साढ़े आस गुआढ़ तो पूछा भी दलवाग का घर किहड़ा जी, गालां कढ़ियां जी साढ़े बार चा के। फिर उसने ट्रैक्टर नाल जी साडा सारा घर ढाता जी, ट्रैक्टर मार मार के कंधा भी ढातियां जी, नलका भी पट के बेड़ च सैटता जी। वो हथ में करूल सीगा जी, क्यों डरदे मम्मी तो सी जी मेरे घर, वो डरती कंधा इधर कंधो पार होगी जी। तो मैं जो घर आई जी, घर आके पूछया, फिर आस गुआढ़ ने दसिया भी उन्हों का मुंडा आया सीगा संदीप नाम का जोड़ा मुंडा जी बलबीर का, तो वह साडा घर ढा गया जी। कदों कदी घटना सी कल ये करीबन नौ टाइम सी जी। मांग करदे जी, मांग असीं यही करदे जी। सानू इंसाफ मिलना चाहिए जेड़ा ये साडा नुकसान किया, उहदी भरपाई हो सके। असीं मौके ते पहुंच गए, इन्हां दे स्टेटमेंट रिकॉर्ड करदे आं। स्टेटमेंट रिकॉर्ड तो बाद जिहड़ी हैगी सख्त तों सख्त कार्रवाई की जाऊगी, इन्हां दा घर ढाया पिया, मौका असीं देख लैगा जाके, ते जाके एफ आई आर लॉज करके जिहड़े दोषी होणगे बख्शनी जाणगे, कार्रवाई करके प्रॉपर तसदीक करके अरैसट पाई। देर है पर हनेर नहीं, कि तुसी परेशान हो, आज ही संपर्क करो गुरु बशीर खान, कॉल करो 98154-60-154, पता लुधियाना। हर परेशानी दा हाल पाओ 100% गारंटी दे नाल। परेशानी जिवें व्याह विच रुकावट, खोया प्यार वापस पाउणा, पति पत्नी विच झगड़ा, सौतन दुश्मन तो छुटकारा, विदेश यात्रा, इमीग्रेशन मसले, औलाद सुख, बुरे सुपने, बीमारी विच दवा दा ना लगना, लाटरी नंबर पाओ भावे 649 होवे या मेगा मिलियन, हर जगह तो निराश ते धोखा खा चुके दुखी भैन भरा एक बार जरूर संपर्क करो। मैं तुहानू खून दे हंजू नहीं रोन दियांगा, इट्स माई प्रॉमिस। गुरु बशीर खान 98154-60-154।